मैं अपने विद्यार्थियों भुलदा नहीं एक घटना सुना। 1969 च बलवंत गार्गी ने भी एक लेख लिखिया सी, 500 साल शताब्दी मनाई गई सी। ਇਹ ਲੇਖ ਅੰਗਰੇਜ਼ੀ ਅਤੇ ਪੰਜਾਬੀ 'ਚ ਭਾਸ਼ਾ ਵਿਭਾਗ ਨੇ ਛਪਵਾ ਕੇ ਵੰਡਿਆ ਸੀ। ਉਸ ਲੇਖ 'ਚ ਆਪਣੇ ਬਚਪਨ ਦਾ ਜ਼ਿਕਰ ਕਰਦਾ ਗਾਰਗੀ। ਬਲਵੰਤ ਗਾਰਗੀ ਦੇਖੋ ਸਿੱਖ ਨਹੀਂ, ਬੁਢਲਾਡੇ ਦੇ ਲਾਗੇ ਬਾਣੀਆਂ ਦਾ ਮੁੰਡਾ, ਸਿੱਖੀ ਤਾਂ ਉਹਨੂੰ ਪਤਾ ਹੀ ਨਹੀਂ, ਨਾ ਦਾਅਵਾ ਕਰਦਾ। ਉਹ ਕਹਾਣੀਕਾਰ ਹੈ, ਨਾਟਕਕਾਰ ਹੈ, ਜੀਵਨੀਕਾਰ ਹੈ, ਬਹੁਤ ਵਧੀਆ ਲੇਖਕ ਹੈ, ਇਹਦੇ 'ਚ ਵਿਵਾਦ ਨਹੀਂ ਹੈ ਕੋਈ। ਉਹਦੀ ਲਿਖਤ ਦੇ ਵਿੱਚ ਡੰਗ ਹੈ, ਰਿਆਇਤ ਨਹੀਂ ਕਰਦਾ ਕਿਸੇ ਨਾਲ। ਉਹ ਬਾਣੀਆਂ ਆਮ ਤੌਰ 'ਤੇ ਕਿਹਾ ਜਾਂਦਾ ਵੀ ਬਾਣੀਏ ਕਮਜ਼ੋਰ ਹੁੰਦੇ ਨੇ, ਬਾਣੀਏ ਡਰਦੇ ਹੁੰਦੇ ਨੇ। ਭਾਈ ਜਿਹਦੇ ਕੋਲ ਪੈਸਾ ਟਕਾ ਹੁੰਦਾ ਉਹ ਡਰਦਾ ਹੀ ਹੁੰਦਾ, ਸਿਆਣਾ ਬੰਦਾ ਡਰਦਾ ਹੀ ਹੁੰਦਾ, ਬਾਣੀਆਂ ਕਿਉਂਕਿ ਸਿਆਣਾ ਹੈ ਇਸ ਕਰਕੇ ਉਹ ਡਰਦਾ ਹੁੰਦਾ ਅਤੇ ਬਚਦਾ ਰਹਿੰਦਾ। ਤਾਂ ਬਲਵੰਤ ਗਾਰਗੀ ਹੈ ਜਿਹੜਾ, ਇਹ ਲੇਖਕ ਦੇ ਤੌਰ 'ਤੇ ਜਾਣਿਆ ਪਛਾਣਿਆ ਅਤੇ ਮੰਨਿਆ ਹੈ ਰਾਈਟਰ, ਲੇਕਿਨ ਇਹ ਲਿਖਦਾ ਕਹਿੰਦਾ ਇੱਕ ਦਿਨ ਮਾਂ ਨੇ ਸਵੇਰੇ ਸਵੇਰੇ ਸਾਨੂੰ ਦੋਵਾਂ ਭਰਾਵਾਂ ਨੂੰ ਉਠਾਇਆ, ਵੱਡਾ ਕੁਲਵੰਤ ਸੀ, ਮੈਂ ਛੋਟਾ ਬਲਵੰਤ, ਇਸ਼ਨਾਨ ਕਰਵਾ ਕੇ ਕਹਿੰਦੀ ਚਲੋ ਬਾਬੇ ਦੇ ਸਾਧੂ ਦੇ ਡੇਰੇ 'ਤੇ ਚੱਲਦੇ ਹਾਂ। ਸਾਧ ਦਾ ਡੇਰਾ ਸੀ, ਉੱਥੇ ਇੱਕ ਸਾਧ ਬੈਠਾ ਸੀ, ਮੱਥਾ ਟੇਕਿਆ ਮਾਂ ਨੇ, ਦੇਖ ਕੇ ਅਸੀਂ ਵੀ ਮੱਥਾ ਟੇਕ ਦਿੱਤਾ। ਮਾਂ ਕਹਿੰਦੀ ਬਾਬਾ ਜੀ ਦੋ ਬੱਚੇ ਨੇ ਮੇਰੇ, ਇਹ ਇੰਨੀ ਸੱਤਿਆ ਤਾਂ ਹੈ ਨਹੀਂ ਕਿ ਮੈਂ ਦੋਵਾਂ ਨੂੰ ਪੜ੍ਹਾ ਦੇਵਾਂ, ਮੈਂ ਤੁਹਾਡੇ ਤੋਂ ਇਹ ਪੁੱਛਣ ਆਈ ਹਾਂ ਵੀ ਦੋਵਾਂ 'ਚੋਂ ਕਿਹਦੇ ਢਿੱਡ 'ਚ ਚਾਰ ਅੱਖਰ ਪੈਣਗੇ ਉਹ ਤੂੰ ਦੱਸ ਦੇ। ਕਹਿੰਦਾ ਜੀ ਉਹ ਬੌਂਦਲਾ ਜਿਹਾ ਸਾਧ ਸੀ, ਸਾਡੇ ਵੱਲ ਉਹਨੇ ਧਿਆਨ ਨਾਲ ਦੇਖਿਆ ਵੀ ਨਹੀਂ, ਮੇਰੇ ਵੱਲ ਹੱਥ ਕਰ ਦਿੱਤਾ, ਕਹਿੰਦਾ ਇਹਨੂੰ ਪੜ੍ਹਾ ਦੇ। ਕਹਿੰਦਾ ਜੇ ਕਿਤੇ ਕੁਲਵੰਤ ਵੱਲ ਹੱਥ ਕੀਤਾ ਹੁੰਦਾ ਤਾਂ ਮੈਂ ਬੁਢਲਾਡੇ ਆੜਤੀਆ ਹੋਣਾ ਸੀ, ਹੁਣ ਮੈਂ ਪ੍ਰੋਫੈਸਰ ਹਾਂ ਅਤੇ ਕੁਲਵੰਤ ਆੜਤੀ ਹੈ। ਇੱਕ ਬੰਦੇ ਦਾ ਇਸ਼ ਉਂਗਲ ਦਾ ਹੱਥ ਦਾ ਇਸ਼ਾਰਾ ਜਿਹੜਾ ਉਹ ਤਕਦੀਰਾਂ ਬਦਲ ਦਿੰਦਾ ਹੈ। ਫਿਰ ਕਹਿੰਦਾ ਵੱਡੇ ਭਰਾ ਨੂੰ ਤਾਂ ਕੁਲਵੰਤ ਨੂੰ ਮਾਂ ਘਰ ਛੱਡ ਗਈ, ਮੈਨੂੰ ਗੁਰਦੁਆਰੇ ਲੈ ਗਈ, ਪਿੰਡ 'ਚ ਸਕੂਲ ਨਹੀਂ ਸੀ ਕੋਈ, ਗੁਰਦੁਆਰੇ ਪੜ੍ਹਦੇ ਹੁੰਦੇ ਸਨ ਬੱਚੇ। ਕਹਿੰਦਾ 3-4 ਦਿਨ ਮੈਂ ਬਾਕੀ ਬੱਚਿਆਂ ਨਾਲ ਖੇਡਦਾ ਰਿਹਾ, ਉੱਥੇ ਕੋਈ ਪੜ੍ਹਾਉਂਦਾ ਹੈ ਨਹੀਂ ਸੀ, ਮੈਂ ਪੁੱਛਿਆ ਬਈ ਆਪਾਂ ਨੂੰ ਪੜ੍ਹਾਊਗਾ ਕੌਣ? ਉਹ ਕਹਿੰਦੇ ਇਹ ਗੁਰਦੁਆਰਾ ਇੱਕ ਨਿਹੰਗ ਬਾਬਾ ਜੀ ਦਾ, ਉਹ ਦੌਰਿਆਂ 'ਤੇ ਰਹਿੰਦੇ ਨੇ ਬਹੁਤਾ, ਜਦੋਂ ਆਉਂਦੇ ਨੇ ਪਿਛਲੀ ਸੰਥਿਆ ਸੁਣ ਲੈਂਦੇ ਨੇ, ਅਗਲੀ ਸੰਥਿਆ ਦੇ ਜਾਂਦੇ ਨੇ, ਫਿਰ ਆਉਂਦੇ ਨੇ ਫਿਰ ਸੁਣ ਲੈਂਦੇ ਨੇ, ਬਸ ਇੱਥੇ ਤਾਂ ਇਸ ਤਰ੍ਹਾਂ ਪੜ੍ਹਾਈ ਹੁੰਦੀ। ਇੱਕ ਦਿਨ ਰੌਲਾ ਪੈ ਗਿਆ, ਬਾਬਾ ਜੀ ਆ ਗਏ, ਬਾਬਾ ਜੀ ਆ ਗਏ, ਸਾਰੇ ਬੱਚੇ ਕਤਾਰ 'ਚ ਖਲੋ ਗਏ। ਮੈਂ ਦੇਖਿਆ ਜਿੱਧਰੋਂ ਕਹਿ ਰਹੇ ਸੀ ਬਾਬਾ ਜੀ ਆ ਗਏ, ਘੋੜੇ 'ਤੇ ਸਵਾਰ ਇੱਕ ਨਿਹੰਗ ਸੀ ਜਿਹਦੇ ਹੱਥ 'ਚ ਨੇਜ਼ਾ ਸੀ, ਸਰਪਟ ਘੋੜਾ ਦੌੜਾਈ ਆ ਰਹੇ ਸੀ। ਗੁਰਦੁਆਰੇ ਦੇ ਮੈਦਾਨ 'ਚ ਆ ਕੇ ਰੋਕੇ ਜਿੱਥੇ ਬੱਚੇ ਖਲੋਤੇ ਸਨ, ਇਕੱਲੇ ਇਕੱਲੇ ਬੱਚੇ ਨੂੰ ਦੇਖਿਆ, ਮੇਰੇ ਵੱਲ ਨੇਜ਼ੇ ਦੀ ਨੋਕ ਕਰਕੇ ਕਹਿੰਦੇ ਤੂੰ ਕਿਹਨਾਂ ਦਾ ਮੁੰਡਾ ਵੀ? ਮੈਂ ਕਿਹਾ ਜੀ ਬਾਣੀਆਂ ਦਾ ਮੁੰਡਾ, ਆਪਣੇ ਬਾਊ ਜੀ ਦਾ ਨਾਂ ਦੱਸਿਆ। ਮੈਨੂੰ ਕਹਿੰਦੇ ਖੇਡਣ ਆਉਂਦਾ ਹੁੰਦਾ ਇੱਥੇ? ਮੈਂ ਕਿਹਾ ਨਹੀਂ ਬਾਬਾ ਜੀ, ਪੜ੍ਹਨ ਆਉਂਦਾ ਹੁੰਦਾ। ਬਾਬਾ ਜੀ ਕਹਿੰਦੇ ਕੀ ਪੜ੍ਹਿਆ ਸੁਣਾ? ਮੈਂ ਕਿਹਾ ਬਾਬਾ ਜੀ ਤੁਸੀਂ ਸਬਕ ਤਾਂ ਅੱਜ ਦਿੱਤੇ ਹੀ ਨਹੀਂ, ਸਬਕ ਦਿਓਗੇ ਫੇਰ ਹੀ ਮੈਂ ਯਾਦ ਕਰੂੰਗਾ। ਬਾਬਾ ਜੀ ਨੇ ਬੱਚਿਆਂ ਨੂੰ ਪਰੇ ਹਟਣ ਦਾ ਇਸ਼ਾਰਾ ਕੀਤਾ, ਘੋੜੇ ਦੀ ਕਾਠੀ 'ਤੇ ਬੈਠਿਆਂ ਬਿਠਾਇਆਂ ਜ਼ਮੀਨ 'ਤੇ ਪਹਿਲਾਂ ਏਕ ਆਵਾਹਿਆ, ਫਿਰ ਖੁੱਲ੍ਹੇ ਮੂੰਹ ਵਾਲਾ ਊੜਾ, ਮੈਨੂੰ ਕਹਿੰਦੇ ਆਖ ਇੱਕ ਓਂਕਾਰ ਅਤੇ ਮੱਥਾ ਟੇਕ। ਮੈਂ ਆਖਿਆ ਹੱਥ ਜੋੜ ਕੇ ਇੱਕ ਓਂਕਾਰ, ਗੋਡੇ ਜ਼ਮੀਨ 'ਤੇ ਲਾਏ, ਮੱਥਾ ਇੱਕ ਓਂਕਾਰ 'ਤੇ, ਕਿਹਾ ਇੱਕ ਓਂਕਾਰ। ਬਲਵੰਤ ਗਾਰਗੀ ਲਿਖਦਾ ਮੇਰੀ ਜ਼ਿੰਦਗੀ ਦਾ ਪਹਿਲਾ ਸਬਕ ਇਹ ਸੀ, ਮੇਰੀ ਜ਼ਿੰਦਗੀ ਦਾ ਆਖਰੀ ਸਬਕ ਵੀ ਇਹੀ ਸੀ, ਮੇਰੀ ਬਾਕੀ ਦੀ ਵਿੱਦਿਆ ਇਹਨਾਂ ਦੋ ਸਬਕਾਂ ਦੇ ਵਿਚਕਾਰ ਵਿਚਕਾਰ ਸੀ। ਬਲਵੰਤ ਗਾਰਗੀ ਨੇ ਅੰਗਰੇਜ਼ੀ ਦੇ MA ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਕੀਤੀ ਸੀ ਅਤੇ PhD ਅਮੈਰੀਕਾ ਤੋਂ ਕੀਤੀ ਸੀ। ਨਾਮਵਰ ਨਾਟਕ ਦਾ ਪ੍ਰੋਫੈਸਰ ਸੀ ਉਹ ਅਤੇ ਨਾਟਕਕਾਰ ਸੀ। ਉਹ ਕਹਿੰਦਾ ਮੇਰੀ ਜ਼ਿੰਦਗੀ ਦਾ ਪਹਿਲਾ ਸਬਕ ਇੱਕ ਓਂਕਾਰ ਸੀ, ਮੇਰੀ ਜ਼ਿੰਦਗੀ ਦਾ ਆਖਰੀ ਸਬਕ ਵੀ ਇੱਕ ਓਂਕਾਰ ਹੈ, ਮੇਰੀ ਬਾਕੀ ਦੀ ਵਿੱਦਿਆ ਇਹਨਾਂ ਦੋ ਸਬਕਾਂ ਦੇ ਵਿਚਕਾਰ ਵਿਚਕਾਰ ਹੈ। ਅਗਲਾ ਵਾਕ ਉਹ ਕਹਿੰਦਾ ਇਹ ਤਸਵੀਰ ਬਚਪਨ ਦੀ ਮੇਰੇ ਦਿਲ 'ਚ ਬੈਠੀ ਹੋਈ ਸਾਰੀ ਉਮਰ ਨਹੀਂ ਨਿਕਲਦੀ। ਮੈਨੂੰ ਇਉਂ ਲੱਗਦਾ ਹੁੰਦਾ ਕਿ ਜਿੱਥੇ ਜ਼ਮੀਨ ਅਤੇ ਅਸਮਾਨ ਮਿਲਦੇ ਨੇ ਉੱਥੋਂ ਘੋੜੇ 'ਤੇ ਸਵਾਰ ਹੋ ਕੇ ਨੀਲੇ ਬਾਣੇ 'ਚ ਕੋਈ ਮਹਾਂਪੁਰਖ ਆਊਗਾ ਜਿਹਦੇ ਹੱਥ 'ਚ ਨਿਸ਼ਾਨ ਸਾਹਿਬ ਹੋਊਗਾ ਅਤੇ ਧਰਤੀ ਦੇ ਵਰਕੇ 'ਚ ਨਿਸ਼ਾਨ ਸਾਹਿਬ ਗੱਡਣਗੇ ਅਤੇ ਕਹਿਣਗੇ ਆਖੋ ਇੱਕ ਓਂਕਾਰ ਅਤੇ ਮੱਥਾ ਟੇਕੋ। ਉਹ ਕਹਿੰਦੇ ਨੇ ਇਹ ਜਿਹੜੀ ਵਿੱਦਿਆ ਹੈ ਇਹ ਫੱਟੀਆਂ 'ਤੇ ਅਤੇ ਕਾਗਜ਼ਾਂ 'ਤੇ ਲਿਖਣ ਵਾਲੀ ਵਿੱਦਿਆ ਨਹੀਂ, ਧਰਤੀ ਦੇ ਵਰਕੇ 'ਤੇ ਲਿਖੀ ਜਾਣ ਵਾਲੀ ਵਿੱਦਿਆ ਹੈ। ਇਹ ਸੀ ਬਲਵੰਤ ਗਾਰਗੀ, ਬੁਢਲਾਡੇ ਦੇ ਬਾਣੀਆਂ ਦਾ ਛੋਕਰਾ।